ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਦੋਸਤੋ। ਲਓ ਛੋਟੀ ਜਿਹੀ ਐਮਰਜੈਂਸੀ ਵੀਡੀਓ ਮੈਂ ਬਣਾਉਣ ਲੱਗਾ। ਐਮਰਜੈਂਸੀ ਐਡੀ ਵੀ ਨਹੀਂ ਐਮਰਜੈਂਸੀ, ਇਹ ਕਈ ਮੇਰੇ ਵੀਰਾਂ ਨੂੰ ਡਾਊਟ ਸੀਗਾ ਹਜੇ ਵੀ, ਜਿਹੜਾ ਅੰਬੈਸੀ ਵਾਲਿਆਂ ਨੇ ਚੱਕਰਾਂ ਦੇ ਵਿੱਚ ਪਾਇਆ ਸੀ। ਅੰਬੈਸੀ ਕਹਿ ਦਿੰਦੀ ਸੀਗੀ ਬਈ VFS 'ਤੇ ਸੁੱਟ ਦਿੰਦੀ ਸੀ, ਅਤੇ VFS ਵਾਲੇ ਅੰਬੈਸੀ 'ਤੇ ਸੁੱਟ ਦਿੰਦੇ ਸੀ ਬਈ ਉਹਨਾਂ ਨਾਲ ਗੱਲਬਾਤ ਕਰੋ ਅਪੁਆਇੰਟਮੈਂਟ ਵਾਸਤੇ, ਜਿਨ੍ਹਾਂ ਦੇ ਨੂਲੇ ਉਸ 'ਤੇ ਐਕਸਪਾਇਰ ਹੋ ਰਹੇ ਆ। ਅੱਛਾ, ਉੱਥੇ ਅੱਜ ਦਿੱਲੀ ਅੰਬੈਸੀ ਦੇ ਵਿੱਚ ਵੀਰ ਇਕੱਠੇ ਹੋ ਕੇ ਗਏ ਸੀਗੇ, ਹੈ ਨਾ। ਉਹਨਾਂ ਨੇ ਮੈਨੇਜਰ ਨਾਲ ਗੱਲ ਕੀਤੀ ਆ, ਜਿਹੜਾ ਉੱਥੇ ਨਾਲ ਬਹੁਤ ਵਾਰ ਆ। ਪਹਿਲਾਂ ਤਾਂ ਵੇਖੋ ਵੀਡੀਓ, ਉਹਦੇ ਮੂੰਹੋਂ ਆਪ ਸੁਣੋ ਤੁਸੀਂ ਕੀ ਕਹਿੰਦਾ ਜਿਹੜਾ ਮੈਨੇਜਰ ਆ VFS ਦਾ, VFS ਗਲੋਬਲ ਦਾ, ਅਤੇ ਉਹਦੇ ਮੂੰਹੋਂ ਸੁਣੋ ਬਈ ਅਪੁਆਇੰਟਮੈਂਟਾਂ ਬਾਰੇ ਕੀ ਕਹਿੰਦਾ, ਜਿਨ੍ਹਾਂ ਦੇ ਨੂਲੇ ਉਸ 'ਤੇ ਐਕਸਪਾਇਰ ਹੋ ਚੁੱਕੇ ਆ। ਪਹਿਲਾਂ ਤਾਂ ਵੇਖੋ ਵੀਡੀਓ। ਆਪਣੇ ਵੈਬ ਫਾਰਮ ਮੇ ਡਾਲ ਦੀ ਆਪਣਾ ਲੋਸਟ ਦਾ ਪਾਸਪੋਰਟ ਕੌਨ ਸੀ ਤਾਰੀਖ ਕੋ ਡਾਲਾ? 14 ਜੀ। 15 ਆਪਕਾ ਐਕਸਪਾਇਰ ਕਬ ਹੋ ਰਿਹਾ ਹੈ? ਕਲ ਹੋ ਰਿਹਾ ਨਾ, ਹਾਂਜੀ। ਅਪੁਆਇੰਟਮੈਂਟ ਬੁਕਿੰਗ ਪ੍ਰੋਸੈਸ ਹੈ 14-15 ਜੂਨ ਜਬ ਵੀ ਦਾ ਕਰ ਦੀਆ ਇੰਟਰ, ਤੁਸੀਂ ਆਪਣਾ ਲੋਸਟ ਦਾ ਬੜਾ ਵੈਲਿਡ ਦਾ। ਆਪ ਅਪੁਆਇੰਟਮੈਂਟ ਦੇਨੇ ਮੇ ਜੋ ਦੇਰ ਲਗ ਰਹੀ ਹੈ ਉਸਸੇ ਆਪਕਾ ਲੈਣਾ ਦੇਣਾ ਨਹੀਂ ਹੈ। ਆਪਕੋ ਜਬ ਜਿਸ ਦਿਨ ਵੀ ਅਪੁਆਇੰਟਮੈਂਟ ਮਿਲੇਗੀ ਆਪਕੋ ਉਸ ਦਿਨ ਆਨਾ ਹੈ ਆਪਣੇ ਪੇਪਰ ਲੈ ਕੇ। ਹਾਂਜੀ, ਵਹੀ ਬਤਾ ਰਹਾ ਹੂੰ ਮੈਂ। ਜੈਸੇ ਪਹਿਲੇ ਵੀ ਹੋਤਾ ਥਾ ਜੀ, ਪਹਿਲੇ ਵੀ ਅਗਰ ਮਾਨ ਲਓ ਆਪਕੇ ਜੋ ਨਾਰਮਲ ਸਿਸਟਮ ਹੋਤਾ ਨਾ, ਵੈਬਸਾਈਟ ਪੇ ਜਾ ਕੇ ਜੋ ਵੀ ਡੇਟ ਆਪ ਉਠਾ ਦਿਓ ਆਗੇ ਕੀ, ਉਸ ਦਿਨ ਆਪਕਾ ਨਿਵਾਸ ਤਾਂ ਵੈਲਿਡ ਹੈ। ਜਬ ਆਪ ਬਾਅਦ ਮੇ ਆਤੇ ਥੇ ਤਬ ਤੱਕ ਆਪਕਾ ਨਿਵਾਸ ਅਗਰ ਐਕਸਪਾਇਰ ਹੋ ਗਿਆ ਹੈ, ਅਭੀ ਦੁਆ ਕਰ ਦੇਣਾ, ਅਭੀ ਵਹੀ ਅਭੀ ਵਹੀ ਸੀ। ਲੇਕਿਨ ਆਪਕਾ ਅਗਰ ਐਕਸਪਾਇਰ ਹੋ ਰਿਹਾ ਆਪਨੇ ਅਭੀ ਤੱਕ ਨਹੀਂ ਅਪਲਾਈ ਕੀਆ ਹੈ, ਤੋ ਫਿਰ ਦਿੱਕਤ ਹੈ। ਅੱਛਾ, ਵੇਖ ਲਈ ਹੋਣੀ ਤੁਸੀਂ ਵੀਡੀਓ, ਸੁਣ ਵੀ ਲਿਆ, ਹੈ ਨਾ, ਬੀ VFS ਗਲੋਬਲ ਵਾਲੇ ਕੀ ਕਹਿੰਦੇ, ਮੈਨੇਜਰ ਉੱਥੋਂ ਦਾ ਕੀ ਕਹਿੰਦਾ। ਅਤੇ ਡਰਨ ਦੀ ਲੋੜ ਨਹੀਂ ਕਿ ਜਿਹੜੇ ਮੇਰੇ ਵੀਰਾਂ ਦੇ ਨੂਲੇ ਉਸ 'ਤੇ ਐਕਸਪਾਇਰ ਵੀ ਹੋਣ ਵਾਲੇ ਆ, ਅਤੇ ਜਿਨ੍ਹਾਂ ਨੂੰ ਰੈਫਰੈਂਸ ਨੰਬਰ ਮਿਲ ਚੁੱਕਾ, ਬੇਸ਼ੱਕ ਹਜੇ ਅਪੁਆਇੰਟਮੈਂਟ ਨਹੀਂ ਮਿਲੀ ਅਤੇ ਰੈਫਰੈਂਸ ਨੰਬਰ ਮਿਲ ਚੁੱਕਾ, ਅਤੇ ਉਹਨਾਂ ਦੀਆਂ ਫਾਈਲਾਂ ਜਮ੍ਹਾਂ ਹੋਣਗੀਆਂ, ਡਰਨ ਦੀ ਲੋੜ ਨਹੀਂ ਗੀ। ਫਿਰ ਇੱਕ ਵਾਰੀ ਕਹਿ ਦਿੰਦਾ, ਜਿਹੜੇ ਮੇਰੇ ਵੀਰਾਂ ਦੇ ਨੂਲੇ ਉਸ 'ਤੇ ਐਕਸਪਾਇਰ ਹੋਣ ਵਾਲੇ ਆ, ਹੈ ਨਾ, ਨੇੜੇ ਆ ਗਈ ਇਹ ਡੇਟ ਐਕਸਪਾਇਰ ਹੋਣ ਦੀ, ਅਤੇ ਉਹਨਾਂ ਨੇ ਜਿਹੜਾ ਵੈਬ ਫਾਰਮ ਆਲਰੇਡੀ ਭਰ ਕੇ ਪਾਸਪੋਰਟ ਦੀ ਕਾਪੀ ਅਤੇ ਨੂਲੇ ਉਸ ਦੀ ਕਾਪੀ ਭੇਜ ਦਿੱਤੀ ਆ, ਰੈਫਰੈਂਸ ਨੰਬਰ ਉਹਨਾਂ ਨੂੰ ਮਿਲ ਗਿਆ, ਅਤੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ, ਉਹਨਾਂ ਦੀ ਫਾਈਲ ਜਮ੍ਹਾਂ ਹੋਊਗੀ, ਕਿਸੇ ਵੇਲੇ ਵੀ ਤਰੀਕ ਉਹਨਾਂ ਨੂੰ ਮਿਲ ਸਕਦੀ ਆ, ਅਪੁਆਇੰਟਮੈਂਟ ਕਿਸੇ ਵੇਲੇ ਵੀ ਮਿਲ ਸਕਦੀ ਆ। ਭਲਾ ਤੁਹਾਨੂੰ ਅਪੁਆਇੰਟਮੈਂਟ ਦੀ ਤਰੀਕ ਵੀ ਤੁਹਾਡਾ ਨੂਲਾ ਉਸਦਾ ਐਕਸਪਾਇਰ ਹੋਣ ਤੋਂ ਬਾਅਦ ਮਿਲਦੀ ਆ, ਅਤੇ ਉਸ ਤੋਂ ਬਾਅਦ ਦੀ ਅਪੁਆਇੰਟਮੈਂਟ ਮਿਲਦੀ ਆ, ਕੋਈ ਡਰਨ ਦੀ ਕੋਈ ਘਬਰਾਉਣ ਦੀ ਲੋੜ ਨਹੀਂ ਵੀਰ ਮੇਰਿਓ, ਤੁਹਾਡੀ ਫਾਈਲ ਜਮ੍ਹਾਂ ਹੋਊਗੀ, ਸਾਰਾ ਕੁਛ ਓਕੇ ਆ। ਸੋ ਜਿਹੜੇ ਮੇਰੇ ਵੀਰਾਂ ਨੂੰ ਡਾਊਟ ਸੀਗਾ ਉਹ ਕਲੀਅਰ ਕਰ ਦਿੱਤਾ ਅੰਬੈਸੀ ਵਾਲਿਆਂ ਨੇ, VFS ਵਾਲਿਆਂ ਨੇ ਕਰਤਾ ਤੁਹਾਡੇ ਸਾਹਮਣੇ, ਹੈ ਨਾ। ਅਤੇ ਬਹੁਤ ਬਹੁਤ ਮਿਹਰਬਾਨੀ ਵੀਰ ਦੀ ਜਿਨ੍ਹਾਂ ਨੇ ਆਪਾਂ ਨੂੰ ਵੀਡੀਓ ਭੇਜੀ ਆ ਇਹ ਉੱਥੋਂ, ਅਤੇ ਬਾਕੀ ਜਿਹੜੇ ਮੇਰੇ ਵੀਰ ਫਾਈਲਾਂ ਜਮ੍ਹਾਂ ਕਰਾ ਕੇ ਆ ਰਹੇ ਆ, ਵਧੀਆ ਨੋਰਮਲ ਤਰੀਕੇ ਨਾਲ ਫਾਈਲਾਂ ਜਮ੍ਹਾਂ ਹੋ ਰਹੀਆਂ, ਕੋਈ ਜ਼ਿਆਦਾ ਝੰਝਟ ਨਹੀਂ, ਕੋਈ ਟੈਸਟ ਡਾਕੂਮੈਂਟ ਨਹੀਂ ਚਾਹੀਦਾ, ਉਹੀ ਡਾਕੂਮੈਂਟ ਆ ਜਿਹੜੇ ਮੈਂ ਤੁਹਾਨੂੰ ਆਲਰੇਡੀ ਪਹਿਲਾਂ ਵੀਡੀਓ 'ਚ ਦੱਸੇ ਵੀ ਆ ਸਾਰਾ ਕੁਛ, ਹੈ ਨਾ। ਬਸ ਉਹ ਲੈ ਕੇ ਜਾਓ, ਫਾਈਲ ਤਿਆਰ ਕਰ ਲਓ, ਅਤੇ ਕੋਈ ਵੱਡੀ ਗੱਲ ਨਹੀਂ ਗੀ, ਫਾਈਲ ਆਪਣੀ ਜਮ੍ਹਾਂ ਕਰਾ ਕੇ ਉਹ 'ਤੇ ਟਾਈਮ ਨਾਲ ਇਟਲੀ ਪਹੁੰਚਣ ਵਾਲੇ ਬਣੋ ਮੇਰੇ ਵੀਰ, ਅਤੇ ਬਾਕੀ ਸਾਰਾ ਕੁਛ ਸਹੀ ਆ, ਓਕੇ ਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਇੱਡੀ ਕਿਸੀ ਵੀਡੀਓ ਛੋਟੀ ਜਿਹੀ ਆਪਣੀ, ਅਤੇ ਚੰਗੀ ਲੱਗੀ ਤਾਂ ਇੱਕ ਲਾਈਕ ਜਾਂਦੇ ਜਾਂਦੇ ਜ਼ਰੂਰ ਛੱਡ ਦਿਓ, ਤੁਹਾਨੂੰ ਪਤਾ ਆਪਾਂ ਲਾਈਕਾਂ ਦੇ ਭੁੱਖੇ ਹਾਂ। ਓਕੇ, ਸਤਿ ਸ਼੍ਰੀ ਅਕਾਲ।